ਪਾਕਿਸਤਾਨ ਗਏ ਬਹੁਤ ਚਿਰਾਂ ਤੋਂ ਖਾਹਿਸ਼ ਸੀ ਕਿ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਆ, ਪਰ ਅਸੀਂ ਡਰਦੀ ਸੀ ਕਿ ਪਤਾ ਨਹੀਂ ਉੱਥੇ ਕਿਸ ਤਰ੍ਹਾਂ ਦਾ ਸਾਡੇ ਨਾਲ ਵਰਤਾਓ ਹੋਏਗਾ ਜਾਂ ਕਿਸ ਤਰ੍ਹਾਂ ਗੁਰਦੁਆਰੇ ਦੇਖਾਂਗੇ, ਦਰਸ਼ਨ ਹੋਣਗੇ, ਕਿਸ ਤਰ੍ਹਾਂ ਮੁਸ਼ਕਲਾਂ ਹੋਣਗੀਆਂ। ਪਰ ਹੁਣ ਜਦੋਂ ਵਾਪਸ ਆਏ ਹਾਂ ਕਿ ਅੱਜ ਦਿਲ ਕਰਦਾ ਕਿ ਉੱਥੇ ਕਿਉਂ ਨਾ ਰਹਿ ਪੈਂਦੇ, ਅਤੇ ਸਾਨੂੰ ਬਹੁਤ ਅੱਛਾ ਲੱਗਾ ਭੱਟੀ ਸਾਹਿਬ ਹੋਰਾਂ ਨਾਲ। ਹੋਰ ਦਾ ਨਾ ਨਹੀਂ ਮੈਂ ਕਹਿ ਦੱਸ ਸਕਦੀ, ਲੇਕਿਨ ਭੱਟੀ ਸਾਹਿਬ ਹੋਰਾਂ ਨਾਲ, ਅਤੇ ਇਹਨਾਂ ਨੇ ਸਾਨੂੰ, ਇਹਨਾਂ ਦਾ ਸਟਾਫ ਜਿਹੜਾ ਸੀ ਜਾਂ ਆਪ ਵੀ ਬਹੁਤ ਹੀ ਖੁਸ਼ ਦਿਲ, ਔਰ ਪਤਾ ਨਹੀਂ ਲੱਗਾ ਕਿ ਅਸੀਂ ਘਰ ਬੈਠੇ ਹਾਂ ਜਾਂ ਗੁਰਦੁਆਰਿਆਂ ਵਿੱਚ, ਜਿੱਥੇ ਵੀ ਗਏ ਹਾਂ ਬਹੁਤ ਸਹੂਲਤਾਂ ਸੀ। ਲੇਕਿਨ ਉਹ ਤਾਂ ਸਾਡੇ ਬੁੱਢਿਆਂ ਵਾਸਤੇ ਹੈ ਹੀ ਆ, ਟੋਇਲਟ ਦਾ ਜਿਹੜਾ ਕਿ ਮੁਸ਼ਕਲ ਸੀ ਉਹ ਵੀ ਸਾਨੂੰ ਔਖਾ ਨਹੀਂ ਲੱਗਦਾ, ਕਿਉਂਕਿ ਸੇਵਾ ਸੇਵਾ ਜੇ ਤਾਂ ਸਾਡੇ ਵਰਗੇ ਉੱਥੇ ਰਹਿ ਕੇ ਇਹ ਸੇਵਾ ਕਰਦੇ ਹੋਣ ਨਾ, ਟੋਇਲਟਾਂ ਸਾਫ਼ ਕਰੀਏ ਜਾਂ ਕਿੱਦਾਂ, ਫਿਰ ਵੱਖਰੀ ਗੱਲ ਆ। ਸਾਡੇ 'ਤੇ ਵੀ ਹੁੰਦਾ ਡਿਪੈਂਡ, ਕਿਉਂਕਿ ਆਪੋ ਆਪਣਾ ਕੰਮ ਹਰ ਕੋਈ ਸਾਫ਼ ਕਰਕੇ ਆਵੇ ਨਾ, ਫਿਰ ਤਾਂ ਨਹੀਂ ਗੰਦ ਪੈਂਦਾ ਅਤੇ ਨਾ ਹੀ ਟੁੱਟ ਭੱਜ ਹੁੰਦੀ ਹੈ। ਲੇਕਿਨ ਉੱਥੇ ਉੱਪਰ ਰੱਖਣ ਦੀ, ਬੰਦਿਆਂ ਰੱਖਣ ਦੀ ਮੁਸ਼ਕਲ ਜਿਹੜੀ ਹੁੰਦੀ ਹੈ ਕਿ ਉਹ ਰੱਖਣੀ ਪੈਣੀ ਆ, ਫਿਰ ਭਾਵੇਂ ਲੋਕ ਡਰਨ ਵੀ ਇਹਨਾਂ ਨੇ ਆਣ ਕੇ ਵੇਖਣਾ ਅਤੇ ਆਪਣਾ ਕੰਮ ਪਾਣੀ ਛੱਡਿਆ ਜਾਂ ਨਹੀਂ ਛੱਡਿਆ। ਸੋ ਉੱਥੋਂ ਇੱਕ ਦੋ ਥਾਵਾਂ ਇਹੋ ਜਿਹੀਆਂ ਸਨ ਜ਼ਿਆਦਾ ਮੁਸ਼ਕਲਾਂ ਆਈਆਂ, ਅਤੇ ਸਾਨੂੰ ਵੈਸੇ ਇਹਨਾਂ ਨੇ ਮੁਸ਼ਕਲ ਨਹੀਂ ਹੁੰਦਾ, ਫੜ ਕੇ ਬਾਹਾਂ ਫੜ ਫੜ ਕੇ ਗੱਡੀ 'ਤੇ ਚੜ੍ਹਾਉਣਾ, ਬਹੁਤ ਹੀ ਇਹਨਾਂ ਨੇ ਅੱਜ ਤੱਕ ਜਿਹੜਾ ਸਮਾਂ ਬੀਤਿਆ ਹੈ ਨਾ ਉਹ ਸਾਨੂੰ ਯਾਦ ਹੈ ਕਿ ਅਸੀਂ ਥੋੜ੍ਹਾ ਸਮਾਂ ਲੈ ਕੇ ਗਏ ਅਤੇ ਦਿਲ ਨਹੀਂ ਸੀ ਕਰਦਾ ਉੱਥੋਂ ਆਉਣ ਨੂੰ। ਸੋ ਮੈਂ ਇਹੋ ਹੀ ਰਿਕੁਐਸਟ ਕਰਦੀ ਹਾਂ ਕਿ ਜੇ ਕਿਸੇ ਨੇ ਸਫ਼ਰ ਕਰਨਾ ਆ ਪਾਕਿਸਤਾਨ ਦਾ, ਭੱਟੀ ਸਾਹਿਬ ਹੋਰਾਂ ਨਾਲ ਕਰਨ। ਬਾਕੀ ਵੀ ਬਹੁਤ ਅੱਛੇ ਸੀ, ਲੇਕਿਨ ਜਿਨ੍ਹਾਂ ਨਾਲ ਸਾਡਾ ਵਾਹ ਪਿਆ ਅਸੀਂ ਦੱਸ ਨਹੀਂ ਸਕਦੇ ਕਿ ਜਿੰਨੀ ਸਾਨੂੰ ਸਹੂਲਤ ਸੀ। ਮੇਰੀ ਬੇਟੀ ਨਾਲ ਗਈ ਸੀ, ਪਰ ਮੇਰੀ ਬੇਟੀ ਨੂੰ ਉਹਨਾਂ ਨੇ ਹੱਥ ਹੀ ਨਹੀਂ ਲਾਉਣ ਦਿੱਤਾ ਮੈਨੂੰ ਕਦੀ, ਇਸ ਮੋਢਿਓਂ ਮਾਤਾ ਜੀ ਬਹੁਤ ਹੀ ਸਾਨੂੰ ਆਨੰਦ ਆਇਆ। ਸੋ ਮੈਂ ਇਹੋ ਹੀ ਕਹਿੰਦੀ ਹਾਂ ਕਿ ਸਾਰੇ ਜਣੇ ਸਾਥ ਦਿਓ, ਇਹਨਾਂ ਨੇ ਇਹ ਆਪਣੇ ਜ਼ਿੰਮੇਵਾਰੀ ਚੁੱਕੀ ਆ ਕਿ ਟੋਇਲਟ ਦੀਆਂ ਜਿਹੜੀਆਂ ਇੰਤਜ਼ਾਮ ਉਹ ਅਸੀਂ ਕਰਾਂਗੇ। ਸੋ ਸਾਰੇ ਮਦਦ ਕਰੋ, ਆਪਣੇ ਤਨ ਨਾਲ ਵੀ, ਮਨ ਨਾਲ ਵੀ, ਧਨ ਨਾਲ ਵੀ, ਅਤੇ ਫਿਰ ਹੀ ਸਭ ਕੁਛ ਹੋ ਸਕਦਾ। ਸਾਰੇ ਆਪਣਾ ਹਿੱਸਾ ਪਾਓ ਵਿੱਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।